सर अस्सलाम वालेकुम। मैं गूंगा भाईजान। तुम गूंगे हो? माशे इशारे ना फिर गल कर लो। करो शर एक बंद करी यार, इन गैस निकल जाती। गैस वाली चाय तो वो इधरों मोरी सारी भी निकल जानी। नहीं नहीं मोरी कदम बूटा रख कदम मोरी एंड बोल 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 नहीं ये नू क्यों तू सी इतना क्यों कर रहे हैं छड़ो जेब जिना बाली भाई जेब जिना बाली पढ़ो तेरा नाम की फरूक फरूक जट जट साहब हो तू सी हाँ जी आजकल मेरी जटा ना बहुत बन रही है मैं नहीं बनाना था तू उन्हें जान लगे मेरे को पैसे मांग रहे हैं अच्छा वैसे ना लारी एडे ते कोल होटल नहीं होंदे नहीं ओथे नहीं होंदे ही नहीं होटल नहीं होंदे ते गल ही नहीं होनी होंदे ने नहीं होंदे ਤੁਹਾਡੇ ਕਹਿਣ ਨਾਲ ਤੁਹਾਡੇ ਕਹਿਣ ਨਾਲ ਨਹੀਂ ਦਾਉਣਾ ਚਲੋ ਫਿਰ ਜਿਹੜੇ ਲਾਰੀ ਏਡੇ ਦੇ ਕੋਲ ਹੋਟਲ ਹੁੰਦੇ ਹਨ ਮੰਜੀਆਂ ਸਟੂਲ ਉਹਨਾਂ ਤੇ ਬਹਿਣ ਵਾਲੀ ਤਬੀਅਤ ਆ ਤੁਹਾਡੀ ਤੁਸੀਂ ਏਡੇ ਅੱਛੇ ਹੋਟਲ ਜਾ ਕੇ ਇਹਦੀ ਕੀ ਵਜ੍ਹਾ ਤੁਸੀਂ ਲੈ ਗਏ ਐ ਭਾਈ ਤੇ ਬਹਿ ਗਿਆ ਆਉ ਮੈਂ ਉਹੀ ਕਹਿ ਰਿਹਾ ਨਾ ਕਿਉਂਕਿ ਤੁਸੀਂ ਆ ਨਹੀਂ ਸਕਦੇ ਇਕੱਲੇ ਤੁਹਾਨੂੰ ਇੱਥੇ ਤੇ ਡਰੈਸ ਦਾ ਵੀ ਨਹੀਂ ਪਤਾ ਹੋਣਾ ਤੁਹਾਡੇ ਵਰਗੇ ਬੰਦੇ ਯਕੀਨ ਕਰੋ ਢਾਬਿਆਂ ਟੂਬਿਆਂ ਦੇ ਕਿਤੇ ਜਿੱਥੇ ਓਏ ਉਰੇ ਆਏ ਉਹ ਚਾਹ ਲੈ ਕੇ ਆ ਇੱਦਾਂ ਦੀ ਤਬੀਅਤ ਵਾਲੇ ਹੁੰਦੇ ਆ ਔਰ ਆ ਦੇਖੋ ਨਾ ਤੁਹਾਨੂੰ ਉਹਨਾਂ ਨੇ ਤੁਹਾਨੂੰ ਇਹ ਨਹੀਂ ਸਮਝ ਆ ਰਹੀ ਕਿ ਪੀਣੀ ਕਿੱਦਾਂ ਤੁਸੀਂ ਉਹਨੂੰ ਕਦੀ ਢੱਕ ਦਿੰਦੇ ਆ ਕਦੀ ਲਾ ਲੈਂਦੇ ਆ ਕਦੀ ਉਹ 'ਚ ਚੀਨੀ ਪਾ ਲੈਂਦੇ ਆ ਕਦੀ ਉਹਨੂੰ ਕਹਿੰਦੇ ਮਿੱਠਾ ਤੇਜ਼ ਹੋ ਗਿਆ ਫਾਈਨ ਇੱਧਰ ਆਓ ਤੁਸੀਂ ਜਿਹੜੇ ਇਹਨਾਂ ਨੂੰ ਲੈ ਕੇ ਇੱਧਰ ਆਓ ਇਹਨਾਂ ਨੂੰ ਤੁਸੀਂ ਲੈ ਗਏ ਆ ਜੀ ਉਹ ਬਾਈ ਲੈ ਗਿਆ ਬੈਗ ਹੁੰਦੇ ਤੇ ਆ ਬਗਲੇ ਦੇ ਬੈਗ ਫਾਈਨ ਕਸਮ ਜਿੱਦਾਂ ਦੀ ਤੁਹਾਡੀ ਪਿਆਰੀ ਮਾਸ਼ਾਅੱਲਾ ਪੰਜਾਬੀ ਆ ਜਿੱਦਾਂ ਦਾ ਤੁਹਾਡੇ ਮੁਸਕਰਾਹਟ ਆ ਮਿਹਰਬਾਨੀ ਸਰ ਸ਼ੁਕਰੀਆ ਤੁਸੀਂ ਕਿਹੜੇ ਜੱਟ ਹੋ ਸਰਾ ਸਰਾ ਖਵਾਜਾ ਸਰਾ ਸਰਾ ਅੱਛਾ ਹੁਣ ਦੱਸੋ ਜੀ ਸਰਾ ਮਤਲਬ ਸਰਾ ਗੋਤ ਹੈ ਜੱਟਾਂ ਦੀ ਸਰਾ ਗੋਤ ਆ ਮੈਂ ਵੈਸੇ ਮਜ਼ਾਕ ਲੱਗਾ ਮੈਨੂੰ ਪਤਾ ਕਿ ਸਰਾ ਮੇਰੇ ਬੜੇ ਯਾਰ ਨੇ ਇੰਡੀਆ ਪੰਜਾਬ 'ਚ ਮੇਰੇ ਬੜੇ ਪਿਆਰ ਵਾਲੇ ਜੀ ਨੇ ਮੈਂ ਸਾਰਿਆਂ ਨੂੰ ਪਤਾ ਕਿ ਮੈਂ ਮਜ਼ਾਕ ਕਰਦਾ ਲੇਕਿਨ ਕੈਸੀ ਗੱਲ ਆ ਕਿ ਪਿੱਛੇ ਖਵਾਜਾ ਲਾ ਲਓ ਤੇ ਨਾ ਹੀ ਚੇਂਜ ਹੋ ਜਾਂਦਾ ਅੱਛਾ ਖਵਾਜਾ ਵੀ ਇੱਕ ਜ਼ਾਤ ਆ ਬੜੀ ਅੱਛੀ ਹਾਂਜੀ ਅੱਛਾ ਖਵਾਜਾ ਲਹਿਦਾ ਬੜੀ ਅੱਛੀ ਜ਼ਾਤ ਆ ਸਰਾ ਲਹਿਦਾ ਗੋਤ ਆ ਦੋਵੇਂ ਇਕੱਠੇ ਕਰ ਲਓ ਤੇ ਕਿੱਡਾ ਕਿੱਦਾਂ ਦਾ ਨਾਮ ਬਣ ਜਾਂਦਾ ਖਵਾਜਾ ਸਰਾ ਯਾਨੀ ਕਿ ਤੁਹਾਡਾ ਇੱਕ ਖਵਾਜਾ ਯਾਰ ਲੈ ਆਓ ਬਾਅਦ ਚ ਸਮਾਈ ਨਹੀਂ ਦੇ ਨਹੀਂ ਜੱਟ ਮੇਰੀ ਗੱਲ ਸੁਣ ਤੇਰਾ ਕਿ ਯਾਰ ਹੋਵੇ ਖਵਾਜਾ ਹਾਂ ਤੁਸੀਂ ਦੋਵੇਂ ਇਕੱਠੇ ਬੈਠੇ ਹੋ ਤੇ ਤੁਹਾਨੂੰ ਬੰਦਾ ਪੁੱਛੇ ਤੁਸੀਂ ਕੌਣ ਹੋ ਤੇ ਤੂੰ ਕਹਿੰਦਾ ਜੀ ਖਵਾਜਾ ਸਰਾ ਹੈਨਾ ਕਸਮੇ ਗਲਤੀ ਹੋ ਗਈ ਗਲਤੀ ਹੋ ਗਈ ਇਹ ਮੈਨੂੰ ਪਿੰਡੋਂ ਕਢਾਏਗਾ ਨਹੀਂ ਨਹੀਂ ਯਾਰ ਜੱਟ ਬੜੇ ਸਜ਼ਾਦੇ ਬੰਦੇ ਹੁੰਦੇ ਨੇ ਖੁੱਲੇ ਜ਼ਿਹਨ ਦੇ ਬੰਦੇ ਹੁੰਦੇ ਐਡੇ ਤੰਗ ਜ਼ਿਹਨ ਦੇ ਨਹੀਂ ਹੁੰਦੇ ਟੈਨਸ਼ਨ ਨਾ ਲੈ ਦਾਈਓ ਜ਼ਿਹਨ ਜੋ ਨਿਕਲ ਜਾਂਦਾ ਸਾਰਾ ਕੋਈ ਅੱਛਾ ਹੁਣ ਤੈਨੂੰ ਪਤਾ ਚਾਹ ਤੇਰੇ ਮੁਕੱਦਰਾਂ 'ਚ ਨਹੀਂ ਸੀ ਮੈਨੂੰ ਕਿੱਥੋਂ ਹੀ ਖਿੱਚ ਕੇ ਲਿਆਈ ਪਹਿਲੇ ਤੈਨੂੰ ਲਿਆਈ ਤੇਰੀਆਂ ਹਰਕਤਾਂ ਦੇਖ ਕੇ ਤੇ ਤੇਰੇ ਤੋਂ ਮੇਰੇ ਵੱਲ ਆ ਗਈ ਕਿਉਂਕਿ ਤੂੰ ਉਹਦੇ ਨਾਲ ਖੇਡ ਹੀ ਜਾ ਰਿਹਾ ਸਾ ਮੈਂ ਅੱਧਾ ਘੰਟਾ ਹੋ ਗਿਆ ਉੱਥੇ ਬੈਠਾ ਵੇਖ ਰਿਹਾ ਸਾ ਕਦੀ ਤੂੰ ਚੀਨੀ ਆਵੇ ਹੁਣ ਤੂੰ ਇਹਨੂੰ ਇੰਜਾਈ ਕਰੀ ਜਾ ਰਿਹਾ ਤੇਰੇ ਹੱਥ ਨਹੀਂ ਟੇਕ ਰਹੇ ਕੀ ਗੱਲ ਆ ਛੱਡ ਦੇ ਕੀ ਗੱਲ ਆ ਇਹ ਬਈ ਉੱਡ ਜਾਣੀ ਜੇ ਉਹ ਗੈਸ ਵਾਲੀ ਚਾਹ ਤੇ ਗੈਸ ਵਾਲੀ ਚੀਨੀ ਜੇ ਉੱਡ ਜਾਣੀ ਮੈਨੂੰ ਆਪਣਾ ਨਾਮ ਤੇ ਤੁਸੀਂ ਦੱਸਿਆ ਨਹੀਂ ਮੇਰਾ ਨਾਮ ਸਜਾਦ ਜਾਨੀ ਪਾਣੀ ਨਹੀਂ ਸੁਣਿਆ ਤੂੰ ਜਾਨੀ ਅਜਾਨੀ ਅਜਾਨੀ ਜਾਨੀ ਤੂੰ ਆ ਗਈ ਇਹ ਪਸੰਦ ਬੱਲੀ ਇਹ ਸੁਣਿਆ ਨਹੀਂ ਨਹੀਂ ਮੈਂ ਨਹੀਂ ਸੁਣਿਆ ਆ ਹੁਣੇ ਮੈਂ ਗਾਇਆ ਤੂੰ ਬੋਲਾਂ ਦੱਸਿਆ ਤੇ ਹੈ ਕਿ ਮੈਂ ਗੂੰਗਾ ਵਾਂ ਗੂੰਗਾ ਨਹੀਂ ਸੁਣਦਾ ਹੁੰਦਾ ਉਹ ਗੂੰਗਾ ਬੋਲਦਾ ਗੂੰਗਾ ਨਹੀਂ ਸੁਣਦਾ ਹੁੰਦਾ ਯਾਰ ਕਿਦਾਂ ਦਾ ਬੇਲੋਜੀਕਲੀ ਗੱਲ ਕਰਦੇ ਗੂੰਗਾ ਸੁਣਦਾ ਹੁੰਦਾ ਜਾਂ ਬਹਿਰਾ ਖਵਾਜਾ ਸੁਣਾ ਤੇਰੇ ਯਾਰਾਂ ਦੇ ਹੱਥ ਤੇ ਗੱਲ ਆ ਗਈ ਹੁਣ ਕਿਹਦਾ ਕਿ ਯਾਰ ਖਵਾਜਾ ਬਣਾਓ ਇਹਨਾਂ ਦੋਵਾਂ ਨੂੰ ਇਕੱਠੇ ਫੇਰਿਆ ਕਰੂੰਗਾ ਜੀ ਖਵਾਜਾ ਸਰਾ ਦੋਵੇਂ ਗੱਲ ਸੁਣੋ ਮਾੜੀ ਦੇ ਦਿੱਤੀ ਨਹੀਂ ਮਾੜੀ ਨਹੀਂ ਕੋਈ ਉਹ ਯਾਰਾਂ ਦਾ ਯਾਰ ਜਿਹੜੇ ਹੁੰਦੇ ਨੇ ਨਾ ਉਹ ਇਹੀ ਕੰਮ ਸਭ ਤੋਂ ਵੱਡੇ ਦੁਸ਼ਮਣ ਬੰਦੇ ਤੇ ਯਾਰ ਹੁੰਦੇ ਤੇ ਐ ਦੁਸ਼ਮਣ ਕੀ ਤੈਨੂੰ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਗੱਲ ਅੱਪ ਕੀ ਨਾ ਇਹਨਾਂ ਨੇ ਤੇਰੀ ਮੱਤ ਮਾਰ ਦੇਣੀ ਲੇਕਿਨ ਕਿਤੇ ਤੈਨੂੰ ਔਖਾ ਹੀ ਆ ਗਈ ਤੇ ਉੱਥੇ ਫਿਰ ਸਾਥ ਵੀ ਇਹਨਾਂ ਨੇ ਦੇਣਾ ਚੱਲ ਚਾਹ ਵਾਪਸ ਦੇ ਦੇ ਮੈਨੂੰ ਠਹਿਰ ਜਾ ਹੁਣ ਨਾਲ ਲੈ ਕੇ ਜਾਣੀ ਹੈ ਕਿ ਪੀਣੀ ਉਹ ਮੈਂ ਪੀਣੀ ਹੈ ਤੇ ਫਿਰ ਵੀ ਮੇਰੇ ਕੋਲ ਨਹੀਂ ਬਰਦਾਸ਼ਤ ਹੋ ਰਹੀ ਇੱਕ ਕੰਮ ਕਰ ਲੈ ਤੇਰੀ ਮਿਹਰਬਾਨੀ ਆ ਲੈ ਲਾ ਹੁਣ ਤੇਰੀ ਹੈ ਝੂਠੀ ਹੋ ਗਈ ਨਾ ਤੇਰੀ ਹੀ ਆ ਲੈ ਲਾ ਹੁਣ ਇਹਦਾ ਖੋਲ ਲਵਾਂ ਫਲ ਖੋਲ ਲਾ ਖੋਲ ਲਾ ਖੋਲ ਲਾ ਚੱਲ ਚੀਨੀ ਪਾ ਦੇ ਚ ਪਾਣੀ ਦਾ ਕੱਪ ਨਾਲ ਰੱਖਿਆ ਕਰੋ ਇਹਦਾ ਕੱਪ ਇੱਕ ਜੇਬ ਚ ਪਾ ਕੇ ਰੱਖਿਆ ਕਰੋ ਇਹਨੂੰ ਨਹੀਂ ਆਦਤ ਐਦਾਂ ਦੇ ਹੋਟਲਾਂ ਦੀ
ਇਹਦੀ ਇੱਕ ਦਰੀ ਰੱਖਿਆ ਕਰੋ ਗੱਡੀ ਚ ਗੱਡੀ ਜਾਏ ਤੁਸੀਂ ਪਿਆਲਾ ਪਿਆਲਾ ਇੱਕ ਪਿਆਲਾ ਤਸਬੀਹ ਤਸਬੀਹ ਗੱਲ ਵਾਸਤੇ ਇਹਦੀ ਤਸਬੀਹ ਦਾ ਤੇਰਾ ਕੀ ਤੱਲਗਾ ਇਹਦੀ ਤਸਬੀਹ ਗੱਲ ਚ ਪਾਣੀ ਹੈ ਗੱਲ ਚ ਪਾਣੀ ਗੱਲ ਚ ਪਾਣੀ ਦਾ ਇੱਕ ਪਿਆਲੀ ਇਹਦੀਆਂ ਚਮਚੀਆਂ ਇਹਦੇ ਪਾਂਡੇ ਲੈਦਾ ਰੱਖੋ ਇੱਕ ਦਰੀ ਇਹਦੀ ਰੱਖੋ ਏਦਾਂ ਦੇ ਹੋਟਲ ਦੇ ਵੀ ਆਏ ਨਾ ਨੁੱਕਰ ਤੇ ਵਿਸ਼ਾ ਕਰਨਗੇ ਚੱਲ ਜੱਟ ਮੇਰੇ ਭਰਾ ਨੇ ਉਹਨੂੰ ਗੁੱਸਾ ਕਰ ਜਾਣਾ ਕਿਹੜਾ ਭਰਾ ਤੇਰਾ ਜਿਹਦੇ ਉੱਤੇ ਬਹਿ ਕੇ ਆਇਆ ਮੈਂ ਇਹ ਤੇਰੇ ਦੋਸਤਾਂ ਨੇ ਤੇਰੇ ਨਾਲ ਜ਼ਿਆਦਤੀ ਕੀਤੀ ਨਹੀਂ ਨਹੀਂ ਕਦੋਂ ਕੀਤੀ ਜ਼ਿਆਦਤੀ ਤੇਰੇ ਨਾਲ ਕੀਤੀ ਹੈ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਤੈਨੂੰ ਕਿੱਥੇ ਲਿਜਾਣਾ ਵਾ ਉਹ ਤੈਨੂੰ ਐਡੀ ਅੱਛੀ ਮਾਹੌਲ 'ਚ ਲੈ ਆਏ ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਗੋਂ ਤੋਹਫਾ ਮਿਲ ਜਾਏ ਅੱਛਾ ਇਹਨੇ ਘਰ ਜਾ ਕੇ ਪਤਾ ਲੈਟਾਂ ਦੇ ਦੇਖ ਕੇ ਕਹਿੰਦਾ ਅੰਮੀ ਜੀ ਮੈਂ ਵਲੀਮੇ ਤੋਂ ਆਇਆ ਨਹੀਂ ਨਹੀਂ ਮੈਂ ਲੋਰੂ ਆਇਆ ਲੋਰੂ ਇਹਨੂੰ ਇਹ ਹੀ ਹੈ ਕਿ ਵਲੀਮੇ ਦੇ ਲੈਟਾਂ ਲੱਗਦੀਆਂ ਉਹ ਕਿੱਥੇ ਲੱਗਦੀਆਂ ਲੋਰੂ 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 ਬੱਤੀਆਂ ਵੇਖ ਫਿਰ ਬੱਤੀਆਂ ਤਿੰਨ ਨੇ ਵੇਖੀਏ ਦੋ ਇੱਕ मां परेशान होंगे घर आ जाए तो मां परेशान हो मसी मसी सुकून का सहा आया तू फिर आ गया इंजी इंजी मेरी यार मेरी गल सुन मैं सारे पता कि मैं मजाक करता जट समझ आ रही मेरे नाल जिन्हें मेरे काम करने वाले अद्धे ना बोते जट आना फ्री क्यों हो लेकिन उन्होंने सराह कोई भी नहीं चलो हूँ मिल गया ना नाल ना लै जी चाह दर तेरी मेहरबानी आ दे ये काम देख टिशू ने चमची साफ करी जा रहा मैं क्या ना काम कामे वाला जेन आनू इतने लैन का तुम वह नौकर वाला जेन आ काम करने वाला वो टिशू और टिशू फड़ के चमची साफ करी जा रहा है ਆ ਵੇਖੋ ਉਹਨੂੰ ਸਮਝ ਨਹੀਂ ਆ ਰਹੀ ਕਿਉਂਕਿ ਅੰਦਰ ਉਹ ਨਾ ਤਬੀਅਤ ਓਏ ਹੋਏ ਇਹਨੂੰ ਕਿਉਂ ਸਾਫ਼ ਕਰ ਰਿਹਾ ਕੀ ਗੱਲ ਆ ਮੈਂ ਲਕਾ ਰਿਹਾ ਭਾਈ ਜਾਨ ਤੁਹਾਡੇ ਤੋਂ ਕਿਤੇ ਲੋਹਾ ਪੀਪਲ ਸਮਝ ਕੇ ਜੇਬੀ 'ਚ ਨਾ ਪਾ ਲਵੋ ਤੁਹਾਡਾ ਵੀ ਇਤਬਾਰ ਨਹੀਂ ਨਾ ਹੈਗਾ ਸ਼ਕਲੋ ਤਾਂ ਤੁਸੀਂ ਵੀ ਕਬਾੜੀ ਹੀ ਲੱਗਦੇ ਜੇ ਮਾਸ਼ਾ ਆਇਆ ਜੱਟ ਬਾਹਰ ਆਇਆ ਜੱਟ ਜੱਟ ਅੱਗੇ ਹੋ ਜ਼ਰਾ ਹਟ ਸਿਆਣੇ ਕਹਿੰਦੇ ਪੰਜਾਬੀ ਦੇ ਹੱਥ ਨਹੀਂ ਟਿਕਦੇ ਤੇ ਜੱਟ ਪੂਰਾ ਨਹੀਂ ਟਿਕ ਰਿਹਾ ਵਿਆਹ ਹੋਇਆ ਤੇਰਾ ਕਰਾ ਦੇ ਕਰਾ ਦਾ ਕਸਮ ਕਰਾ ਕਸਮੇ ਇੱਥੇ ਹੀ ਕਰਾ ਦੇ ਸੱਚ ਸਵਾਦ ਦਿੱਤਾ ਨਾ ਤੇਰਾ ਪਾਗਲਾ ਤੇਰਾ ਜਿਹੜੀ ਗੋਤ ਆ ਗੋਤ ਨੂੰ ਛੱਡ ਵਿਆਹ ਲਿਆ ਕਰਾ ਦਾ ਕਰਾ ਹੁਣੇ ਕਰਾ ਅੱਜ ਪੀਰ ਚਿਸ਼ਤੀ ਕਾਦਰੀ ਤਾੜਾਂ ਦਾ ਮੁੰਡਾ ਮੇਰੇ ਕੋਲ ਪੀਰ ਮੈਂ ਨਾਲ ਲਈ ਫਿਰਨਾ ਹਾਂਜੀ ਮੈਂ ਕਬੂਲੇ ਕਹਿਣਾ ਤੇ ਉਹ ਮੈਂ ਕਹਿ ਦੇਣਾ ਨਹੀਂ ਮੇਰੀ ਗੱਲ ਸੁਣਾ ਤੂੰ ਕਬੂਲੇ ਕਹਿਣਾ ਅਗਲੇ ਨੇ ਵੀ ਤੁਹਾਡੀ ਸਵਾਬ ਦੀਦੀ ਹੈ ਨਾ ਮੁਰਸ਼ਦ ਪਾਕ ਅਗਲੇ ਕੋ ਕਮਾਉਣਾ ਹਾਂ ਕੁਮੂ ਮੱਥੇ ਲੱਗਦਾ ਵੇ ਕਿਤੇ ਥੱਲੇ ਕੱਟਾ ਹੀ ਨਾ ਫਲ ਨਹੀਂ ਜਾ ਕੇ ਕਿੰਨੇ ਤੂੰ ਕਿਸ ਤਰ੍ਹਾਂ ਦੀ ਜਾ ਰਿਹਾ ਤੇਰੀ ਦੁਲਹਨ ਕਿਸ ਤਰ੍ਹਾਂ ਦੀ ਹੋਵੇ ਫੀਡਰ ਨਾ ਪੀਂਦੀ ਹੋਵੇ ਨਹੀਂ ਕੋਈ ਸੁਰਖੀ ਪਾਊਡਰ ਲਾਉਂਦੀ ਹੋਵੇ ਕੋਈ ਪਿੰਡ ਲੈ ਕੇ ਜਾਵਾਂ ਕੋਈ ਆਖਣ ਵੀ ਕੋਈ ਬੋਟੀ ਆਈਏ ਇੰਗਲਿਸ਼ ਬੋਲਦੀ ਹੋਵੇ ਨਹੀਂ ਉਹ ਤਾਂ ਮੈਨੂੰ ਵੀ ਨਹੀਂ ਸਮਝ ਆਉਣੀ ਇਹ ਤਾਂ ਫਿਰ ਜ਼ਿਆਦਤੀ ਹੋ ਜਾਣੀ ਜਿਹੜੀ ਇਹਨਾਂ ਮੇਰੇ ਨਾਲ ਕੀਤੀ ਨਾ ਇੱਥੇ ਲਿਆ ਕੇ ਉਹ ਮੈਂ ਉਹਦੇ ਨਾਲ ਕਰ ਲੈਣੀ ਉੱਥੇ ਲਿਜਾ ਕੇ ਠੀਕ ਹੈ ਮੈਂ ਗਿਆ ਸਟੇਸ਼ਨ 'ਤੇ ਨਾ ਪਿਛਲੇ ਹਫ਼ਤੇ ਜਦੋਂ ਪਿੰਡੋਂ ਆਇਆ ਵਾਂ ਇੰਝ ਮੇਰੇ ਸਾਹਮਣੇ ਨਾ ਬੰਦਾ ਇੱਕ ਇੰਟਰਵਿਊ ਲੈਂਦਾ ਪਿਆ ਸੀ ਅਤੇ ਮੈਂ ਇੰਝ ਖੱਬੇ ਹੋਇਆ ਵਾਂ ਅਤੇ ਨਾਲ ਹੀ ਟ੍ਰੇਨ ਚੱਲੀ ਅਤੇ ਥੱਲੇ ਆ ਗਿਆ ਇੰਟਰਵਿਊ ਲੈਂਦੇ ਤੁਹਾਡੇ ਤਰ੍ਹਾਂ ਸੀ ਮਾਸ਼ਾਅੱਲਾ ਨਹੀਂ ਇੰਟਰਵਿਊ ਲੈਂਦੇ ਉਹ ਬੰਦਾ ਨਹੀਂ ਇੰਟਰਵਿਊ ਲੈ ਕੇ ਉਹਨੇ ਜੇਬ 'ਚ ਰੱਖਿਆ ਅੱਗੇ ਇੰਝ ਮੈਂ ਥੋੜ੍ਹਾ ਜਿਹਾ ਖੱਬੇ ਹੋਇਆ ਅਤੇ ਬਾਅਦ 'ਚ ਵੇਖਿਆ ਤਾਂ ਟ੍ਰੇਨ ਦੇ ਥੱਲੇ ਤੇ ਇੱਥੇ ਪਤਾ ਕਰ ਲਿਆ ਜੀ ਥੱਲੇ ਟ੍ਰੇਨ ਡਰੂ ਨਾ ਹੋਵੇ ਕਿਤੇ ਚੰਗਾ ਰਹਿ ਗਿਆ ਤੂੰ ਜਿਹੜਾ ਖੱਬੇ ਹੋਇਆ ਨਾ ਇੱਥੋਂ ਤੋਂ ਬਚ ਗਿਆ ਉਹ ਨਹੀਂ ਬਚਿਆ ਜਿਹਦਾ ਇੰਟਰਵਿਊ ਲੈ ਉਹ ਤੇ ਮੈਂ ਗੂੰਗਾ ਹੋ ਗਿਆ ਓਏ ਮਰੇ ਤੂੰ ਗੂੰਗਾ ਕਿੱਥੋਂ ਆ ਮੈਂ ਗੂੰਗਾ ਤੂੰ ਤੱਤੀ ਚਾਹ ਪੀ ਫੇਰ ਹੋਏਗਾ ਗੂੰਗਾ ਗੈਸ ਵਾਲੀ ਚਾਹ ਉਹ ਗੈਸ ਤੇ ਰੁਕੀ ਮੈਂ ਗੈਸ ਐ ਕੀ ਓ ਯਾਰ ਇਹਨੂੰ ਕਿੱਥੇ ਪਿੰਡ ਨੂੰ ਲੈਣ ਦਾ ਤੁਸੀਂ ਖੁਦਾ ਦੀ ਕਸਮ ਇਹ ਹੈਗਾ ਇੱਥੇ ਆਉਣ ਵਾਲਾ ਗੈਸ ਵਾਲੀ ਚਾਹ ਕਹਿੰਦਾ ਲੈ ਦੱਸ ਭਾਈ ਇਹ ਗਰਮ ਚਾਹ ਨਾ ਭਾਫ ਨਿਕਲ ਰਹੀ ਹੈ ਕੀ ਕਿਹਾ ਜੇ ਭਾਫ ਉਹ ਕੀ ਹੁੰਦੀ ਹੈ ਉਹ ਭਾਫ ਸੌਰੀ ਕਿੰਨੇ ਨਾਲ ਖਾਏਗੀ ਇਹ ਚਾ ਹੁਣ ਮੈਨੂੰ ਦੱਸ ਪੁੱਛ ਕਿ ਇੱਕ ਦੋ ਲੜਕੀ ਬੜਾ ਰਿਛ ਦੇ ਕੁਸੋਣਾਂ ਦੇ ਦਾ ਮੂੰਹ ਜੱਟ ਆਏਗਾ ਜੱਟ ਆਏਗਾ ਬਾਹਰ ਇਹੋ ਜਿਹੇ ਨਾ ਜੱਟ ਨਹੀਂ ਸਹੀ ਜੱਟਾਂ ਤੋਂ ਨਹੀਂ ਅਸਲ ਪਲਾਸਟਿਕ ਦਾ ਹੱਥ ਲਾਈ ਤੱਤੀ ਚਾਹ ਮੇਰੇ ਕੋਲ ਲਾ ਮੈਂ ਹੁਣੇ ਪਿੰਗਰ ਜਾਣਾ ਨਹੀਂ ਤੁਸੀਂ ਜਿੱਦਾਂ ਤੂੰ ਜਰਸੀਆਂ ਪਾਈਆਂ ਨਾ ਜੱਟ ਨਹੀਂ ਲੱਗ ਰਿਹਾ ਮੈਨੂੰ ਹਾਲੇ ਠੰਡ ਆਈ ਵੀ ਨਹੀਂ ਤੇ ਤੂੰ ਪੌਣੀ ਇੰਚ ਮੋਟੀ ਤੇ ਇਹ ਕੀ ਅਦੀਆਂ ਬਾਹਾਂ ਵਾਲੀ ਕੀ ਉਹਨੂੰ ਸਲੀਵਲੈਸ ਕੀ ਪਾ ਕੇ ਫਿਰਨ ਦਿਆ ਕਿੰਨਾ ਪਤਲਾ ਜਿਆ ਦਾ ਇਹ ਤੇ ਫੈਸ਼ਨ ਵਾਸਤੇ ਪਾਇਆ ਤੂੰ ਐਂ ਜੇ ਲੈ ਕੇ ਅੰਦਰ ਵਾ ਵੀ ਭਰਾ ਲਈ ਇਹਦੇ ਮੇਰੇ ਹੈ ਨਹੀਂ ਨਾ ਇਸ ਪਰੋਂ
ਤੇਰਾ ਤੇ ਆਪਣਾ ਹੋਣਾ ਯਾਰ ਇਹਨੂੰ ਲੈ ਜਾਓ ਇਹਨੂੰ ਕਿਤੇ ਹੋਰ ਕਿੱਥੇ ਲੈ ਜਾਓ ਅਸੀਂ ਜਗ੍ਹਾ ਤੇ ਲੈ ਕੇ ਜਾਓ ਜਿੱਥੇ ਢਿੱਲੀਆਂ ਪੈਂਦਾ ਲਈ ਮੰਜੀ ਪਈ ਹੁੰਦੀ ਜੀ ਠੀਕ ਹੈ ਜਿਵੇਂ ਨਾਕੇ ਚੋਂ ਉਂਗਲ ਬਾਹਰ ਨਿਕਲੀ ਹੁੰਦੀ ਹੈ ਮੈਂ ਇਹ ਤਾਂ ਨਹੀਂ ਕਿਹਾ ਵੀ ਜਿਵੇਂ ਜ਼ੇਬ ਵਾਲਾ ਸਮੋਸਾ ਹੁੰਦਾ ਜਨਾਬ ਮੈਂ ਤਾਂ ਕੋਈ ਯਾਰ ਇਹ ਓਨਰ ਕਹਾਂ ਪਿਆ ਇਸ ਰੈਸਟੋਰੈਂਟ ਦੇ ਓਨਰ ਸਾਹਿਬ ਬਾਤ ਸੁਣੀਏਗਾ ਜ਼ਰਾ ਗੈਸ ਵਾਲੀ ਨਾ ਮੰਗਾਈ ਓਨਰ ਸਾਹਿਬ ਜ਼ਰਾ ਬਾਤ ਸੁਣੀਏਗਾ ਤੇਰੀ ਮੈਂ ਐਂਟਰੀ ਬੰਦ ਕਰੋ ਬੇਟਾ ਤੇਰੀ ਤਸਵੀਰ ਬਾਹਰ ਲਵਾਉਣੀ ਮੈਂ ਅਸਲਾਮ ਅਲੈਕੁਮ ਸਰ सर कैसे हैं आप अल्हम्दुलिल्लाह सर आप यहाँ ऑनर हैं ये आपका ये लगे नहीं थे सर सबसे पहले ये बताएं कि ये बड़ा अच्छा इंतज़ाम है आपने हर चीज़ का ख्याल रखा है इसका भी ख्याल रखा करें ये ऊपर चढ़ाता है क्रिकी थलो आ गया है जी एक क्रिकी थलो आ गया ऑनर भी वेख लो एक एक क्रिकी थलो आ गया क्रिकी नहीं क्रिकी ओ ए किधर गए क्रिकी 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 जाटा फड़ माइक सच्ची इधर देख कैमरे ओ यार तेन की मसला है पता नहीं की ओ यार तू इंज फड़ यार उधर कैमरे देख उधर क्या नाजरीन वक्त हुआ एक ब्रेक का मिलते हैं एक शॉर्ट ब्रेक के बाद हमारे साथ रहिएगा ऐसा करके जरा नाजरीन वक्त हुआ है एक ब्रेक का उधर देख मेरे की देख ना यार आंखें देख डड्डू दी आंखें ने हेलो यार हेलो चल यार उधर देख हसीना खराब खरबूजे का मुंह हसीना चुसी खुरमानी आ गया मुंह हसीना चल चलो चलो जिमे दो कैमरा खिच के इंज कीता हुंदा ओए आ केड़ा जाटा सरा अरे गाजियाबाद दा जाटा सरा ओ सरा नहीं सरा ले सरा एक बारी प्यार नाल कह सारे सरा खुश हो जानगे तेरे की यार सरा जट सरा जट सरा जट सरा जिंदाबाद भाईजान मैं पहले कहा है मेरे बड़े यार ने मैं वैसे मजाक कर रहे हैं जट को छोटे जेन छोटे दिलां दे नहीं हुंदे ਉਹ ਮਜ਼ਾਕ ਨੂੰ ਇੰਜੋਏ ਕਰਦੇ ਆ ਚਾਰਿਆਂ ਕਿਉਂ ਤੈਨੂੰ ਜਿਹੜਾ ਨਾ ਚਾਹ ਇੱਕ ਹੋਰ ਪਿਆ ਦੇ ਮੈਂ ਇਹਦਾ ਸਬੂਤ ਇਹ ਆ ਇਹਦਾ ਸਬੂਤ ਇਹ ਆ ਤੂੰ ਜੱਟ ਆ ਤੇਰੀ ਮੇਰੀ ਜ਼ਿੰਦਗੀ ਦੀ ਪਹਿਲੇ ਕਦੀ ਮੁਲਾਕਾਤ ਹੋਈ ਕੋਈ ਤੇਰਾ ਮੇਰਾ ਤਲਕ ਲੱਗ ਰਿਹਾ ਕਿ ਜਿਵੇਂ ਆਪਾਂ ਬਹੁਤ ਪੁਰਾਣੇ ਯਾਰ ਆ ਇਹ ਜੱਟ ਦਾ ਕਮਾਲ ਆ ਜੀ ਨਾਜ਼ਰੀਨ ਵਕਤ ਹੋਇਆ ਇੱਕ ਬ੍ਰੇਕ ਕਾ ਮਿਲਤੇ ਹਾਂ ਬ੍ਰੇਕ ਕੇ ਬਾਅਦ ਆ ਮੇਰੇ ਸਾਥ ਹੀ ਰਹੀਏ ਬਹੁਤ ਸ਼ੁਕਰੀਆ ਫੌਤ ਕੀ ਦੀ ਖਬਰ ਦਿੱਤੀ नाजरीन ने बड़े अफसोस के साथ है ट्रक ड्राइवर दो नौजवानों को कुचल के गुजर गया जी नाजरीन वक्त हुआ एक ब्रेक का मिलते हैं ब्रेक के बाद थिएटर ला रहे हैं नहीं ले जी ना ऐसा जरा थोड़ा स्माइल करके चल नाजरीन वक्त हुआ एक ब्रेक का मिलते हैं ब्रेक के बाद हमारे